ਵੱਡੀ ਖਬਰ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਖੇਤੀ ਕਾਨੂੰਨਾਂ ਖਿਲਾਫ ਜੰਗ ਲੜ ਰਹੇ ਕਿਸਾਨਾਂ ਚੋਂ ਹਰ ਦਿਨ ਕੋਈ ਨਾ ਕੋਈ ਕਿਸਾਨ ਸ਼ਹੀਦੀ ਪਾ ਰਿਹਾ ਹੈ। ਹੁਣ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪਨੂਆ ਦੇ ਰਹਿਣ ਵਾਲੇ ਕਿਸਾਨ ਦੀ ਮੌਤ ਹੋ ਗਈ ਹੈ, ਜੋ ਕਿਸਾਨੀ ਸੰਘਰਸ਼ ਦੌਰਾਨ ਦਿੱਲੀ 'ਚ ਸੇਵਾ ਕਰਨ ਗਿਆ ਸੀ, ਜਿੱਥੇ ਉਸਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਤਰਨ ਤਾਰਨ ਲਿਆਂਦਾ ਗਿਆ, ਤਾਂ ਇਸ ਦੌਰਾਨ ਉਸ ਕਿਸਾਨ ਦੀ ਮੌਤ ਹੋ ਗਈ। ਉੱਥੇ ਸੰਘਰਸ਼ ਦੇ ਵਿੱਚ ਗਏ ਸੀ, ਉੱਥੇ ਸਾਡੇ ਨੌਸ਼ਹਿਰਾ ਪਨੂਆ ਤੋਂ ਜਥਾ ਗਿਆ, ਉੱਥੇ ਮਹਾਂਪੁਰਖ ਬਾਬਾ ਸਤਨਾਮ ਸਿੰਘ ਗੁਰਦੁਆਰਾ ਖੜੇ ਦੇ ਖਾਲਸੇ ਵੱਲੋਂ ਗਏ ਹੋਏ ਸੀਗੇ। ਉੱਥੇ ਲੰਗਰ ਦੀ ਸੇਵਾ ਚੱਲ ਰਹੀ ਗਾਜ਼ੀਆਬਾਦ ਬਾਰਡਰ 'ਤੇ, ਉੱਥੇ ਗਾਜ਼ੀਆਬਾਦ ਬਾਰਡਰ 'ਤੇ ਸੇਵਾ ਕਰਦੇ ਸੀ ਅਤੇ ਕਾਫੀ ਲੰਮੇ ਸਮੇਂ ਤੋਂ ਉੱਥੇ ਸੀ। ਅਤੇ ਜਿਸ ਦਿਨ ਇਹਨਾਂ ਢਿੱਲੇ ਹੋਏ, 13 ਤਰੀਕ ਨੂੰ ਇਹਨਾਂ ਦੀ ਸਿਹਤ ਠੀਕ ਨਹੀਂ, ਸਵੇਰੇ ਤੜਕੇ ਇਹਨਾਂ ਨੂੰ ਇੱਕਦਮ BP ਬਹੁਤ ਜ਼ਿਆਦਾ ਹਾਈ ਹੋ ਗਿਆ ਇਹਨਾਂ ਦਾ, ਅਤੇ ਉਸ ਵੇਲੇ ਸਿਹਤ ਦੀ ਜਾਂਚ ਨਹੀਂ ਦਿੱਤਾ, ਫਿਰ ਡਾਕਟਰਾਂ ਨੂੰ ਦਿਖਾਇਆ ਗਿਆ, ਉੱਥੇ ਗਾਜ਼ੀਆਬਾਦ ਵੀ ਡਾਕਟਰਾਂ ਨੂੰ ਦਿਖਾਇਆ, ਅਤੇ ਡਾਕਟਰਾਂ ਫਿਰ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਪਿੰਡ ਲੈ ਕੇ ਚੱਲ ਜਾਓ, ਸਿਹਤ ਨਹੀਂ ਇਹਨਾਂ ਨੂੰ ਠੀਕ, ਬਜ਼ੁਰਗ ਸਰੀਰ ਹੋਣ ਦਾ ਕਰਕੇ ਠੰਡ ਕਾਫੀ ਜ਼ਿਆਦਾ ਸੀ, ਠੰਡ ਦੇ ਨਾਲ ਇਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ। ਅਤੇ ਫਿਰ ਅਸੀਂ ਖੁਦ ਆਪਣੀ ਪਰਸਨਲ ਗੱਡੀ ਦੇ ਵਿੱਚ ਉੱਥੇ ਇਹਨਾਂ ਨੂੰ 13 ਤਰੀਕ ਨੂੰ ਇੱਥੇ ਲੈ ਕੇ ਆਏ ਹਾਂ। ਅਸੀਂ ਆ ਕੇ ਵੀ ਇੱਥੇ ਪਿੰਡ ਡਾਕਟਰ ਤੋਂ ਲਿਆ ਟ੍ਰੀਟਮੈਂਟ ਇਹਨਾਂ ਦਾ, ਅਤੇ 2 ਕੁ ਦਿਨ ਘਰ ਰਹੇ, 2 ਦਿਨ ਦੇ ਬਾਅਦ ਅੱਜ ਇਹਨਾਂ ਦੀ ਡੈਥ ਹੋ ਚੁੱਕੀ। ਠੰਡ ਦੇ ਨਾਲ ਸਵੇਰੇ ਅਟੈਕ ਆ ਗਿਆ। ਕਿੰਨੀ ਕੁ ਉਮਰ ਹੈ? 56 ਸਾਲ ਉਮਰ ਸੀ ਇਹਨਾਂ ਦੀ। ਪਰਿਵਾਰ ਵਿੱਚ ਹੋਰ ਕੌਣ ਕੌਣ ਹੈਗਾ ਇਹਨਾਂ ਦੇ ਪਿੱਛੇ? ਪਰਿਵਾਰ ਇਹਨਾਂ ਦਾ ਇੱਕ ਬੇਟਾ ਜੀ, 27 ਸਾਲ ਦਾ ਮੈਰਿਡ ਆ, ਉਹ ਦੁਬਈ ਦੇ ਵਿੱਚ ਕਰਦਾ ਜੀ ਕੰਮ, ਅਤੇ ਇੱਕ ਬੇਟਾ ਇਹਨਾਂ ਦਾ ਅਨਮੈਰਿਡ ਆ, ਦੀ 22 ਸਾਲ ਉਮਰ ਆ, ਉਹ ਇੱਥੇ ਹੀ ਆ ਜੀ। ਇੱਕ ਵਾਈਫ ਇਹਨਾਂ ਦੀ। ਸਰਕਾਰ ਬਾਰੇ ਕੀ ਕਹਿਣਾ ਚਾਹੋਗੇ? ਅੱਜ ਤਕਰੀਬਨ 70 ਦਾ ਜਿਹੜੇ ਕਿਸਾਨ ਹੈ ਸ਼ਹੀਦ ਹੋ ਚੁੱਕੇ ਅੰਦੋਲਨ ਵਿੱਚ, ਕੀ ਕਹਿਣਾ ਤੁਹਾਡਾ ਸਰਕਾਰ ਦਾ? ਇਹ ਸਰਕਾਰਾਂ ਨੂੰ ਵੇਖੋ ਜੀ, ਸਾਡੇ ਹੱਥ ਜੋੜ ਕੇ ਬੇਨਤੀ ਆ, ਸਰਕਾਰ ਨੂੰ ਵੇਖਣਾ ਚਾਹੀਦਾ ਜੀ। ਅੱਜ 70 ਘਰਾਂ ਦੇ ਦੀਵੇ ਬੁਝ ਗਏ ਆ, ਅਤੇ ਹੋਰ ਪਤਾ ਨਹੀਂ ਸਰਕਾਰ ਅਜੇ ਕੀ ਚਾਹੁੰਦੀ ਆ। ਇਹ ਸਰਕਾਰਾਂ ਨੂੰ ਤੁਹਾਡੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਕਿਸਾਨਾਂ ਦੀ ਮੰਗ ਕੋਈ ਨਜਾਇਜ਼ ਨਹੀਂ ਆ, ਬਿਲਕੁਲੋਂ ਜਾਇਜ਼ ਆ, ਇਹ ਆਪਣਾ ਹੱਕ ਮੰਗਦੇ ਕਿਸਾਨ, ਇਹਨਾਂ ਦਾ ਛੇਤੀ ਤੋਂ ਛੇਤੀ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ ਸਰਕਾਰਾਂ। ਅਤੇ ਜਿਹੜੇ ਕਿਸਾਨ ਆ, ਬਜ਼ੁਰਗ, ਸਾਡੇ ਬੱਚੇ ਉੱਥੇ ਬੈਠੇ ਜਿਹੜੇ, ਉਹ ਵਾਪਸ ਆਪਣੇ ਘਰਾਂ ਨੂੰ ਆਉਣ। ਵੇਖੋ, ਇੱਦਾਂ ਹੀ ਪਤਾ ਨਹੀਂ ਹੋਰ ਕਿੰਨੇ ਪਰਿਵਾਰਾਂ ਦੇ ਦੀਵੇ ਬੁਝ ਚੁੱਕੇ ਆ ਘਰਾਂ ਦੇ, ਜਿਨ੍ਹਾਂ ਪਰਿਵਾਰਾਂ ਦੇ ਜੀਅ ਜਾ ਚੁੱਕੇ, ਉਹਨਾਂ ਨੂੰ ਜਾ ਕੇ ਪੁੱਛੇ ਕੀ ਬੀਤਣ ਦੇ ਅੱਜ ਉਹਨਾਂ ਦੇ। ਜਿੱਦਾਂ ਇਸ ਪਰਿਵਾਰ ਦੇ ਗਰੀਬ ਪਰਿਵਾਰ ਹੀ, ਮਾਤਰ ਪਰਿਵਾਰ ਹੀ, ਸਾਰਾ ਘਰ ਦਾ ਖਰਚਾ ਇਹਨਾਂ ਸਿਰ 'ਤੇ ਚੱਲਦਾ ਹੈ। ਇਹ ਤਾਂ ਛੋਟਾ ਬੱਚਾ 22 ਸਾਲ ਦਾ, ਇਹਨੂੰ ਕੀ ਪਤਾ ਜੀ, ਅਤੇ ਇਹਨਾਂ ਦੇ ਘਰ ਦਾ ਜਾਂ ਆਰਥਿਕ ਹਾਲਤ ਬਹੁਤ ਮੰਦੀ ਇਹਨਾਂ ਦੀ। ਸੜਕਾਂ ਦੇ ਕਈ ਨੌਜਵਾਨ ਸਰਕਾਰ ਸੇ ਮਰ ਗਏ, ਪੂਰੇ ਡੈਥ ਹੋ ਗਈ ਆ, ਉਹਦੇ ਬਾਰੇ ਕੀ ਜਿਸ ਤਰ੍ਹਾਂ ਬਜ਼ੁਰਗ ਸੀ ਨਾ ਸੜਕ ਹਾਦਸੇ ਦੇ ਵਿੱਚ? ਵੇਖੋ ਜੀ, ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਟਰੈਕਟਰ ਟਰਾਲੀਆਂ 'ਤੇ ਜੇ ਜਾਂਦੇ ਆ, ਆਪਣੀ ਪੂਰੀ ਤਿਆਰੀ ਨਾਲ, ਸਾਫਦਾਨੀ ਨਾਲ ਜਾਣ। ਜਿਹੜੇ ਡਾਲਿਆਂ ਵਗੈਰਾ 'ਤੇ ਵੀਰ ਬਹਿੰਦੇ ਆ ਕੋਈ, ਉਹ ਡਾਲੇ ਵਗੈਰਾ 'ਤੇ ਨਾ ਬਹਿਣ, ਅੰਦਰ ਟਰਾਲੀ ਦੇ ਵਿੱਚ ਚੰਗੀ ਤਰ੍ਹਾਂ ਬਹਿਣ। ਟਰੈਕਟਰਾਂ ਦੀ ਰਫ਼ਤਾਰ ਆ, ਜਿਹੜੀ ਗੱਡੀਆਂ ਦੀ ਰਫ਼ਤਾਰ ਆ, ਬਿਲਕੁਲ ਸਹੀ ਖੜਨ ਵੀ ਜਿਹੜਾ ਇਹੋ ਜਿਹਾ ਹਾਦਸਾ ਨਾ ਵਾਪਰ ਸਕੇ। ਜੀ, ਇਹ ਸਾਡੇ ਵੱਡੇ ਵੀਰ ਜੀ ਸੀ, ਤੀਰਥ ਸਿੰਘ। ਅਸੀਂ ਇਕੱਠੇ ਹੀ ਗਏ ਸੀ ਜੀ, 22 ਤਰੀਕ ਨੂੰ ਅਸੀਂ ਗਏ ਸੀ, ਉੱਥੇ ਲੰਗਰ ਚੱਲ ਰਿਹਾ ਸਾਡਾ, ਉੱਥੇ ਮਹਾਂਪੁਰਸ਼ਾਂ ਵੱਲੋਂ, ਬਾਬਾ ਸਤਨਾਮ ਸਿੰਘ ਵੱਲੋਂ। ਉੱਥੇ ਅਸੀਂ ਇਕੱਠੇ ਸੇਵਾ ਕਰਦੇ ਰਹੇ ਹਾਂ। ਮੈਂ ਕੁਛ ਪਹਿਲਾਂ ਆ ਗਿਆ ਜੀ, 2-4 ਦਿਨ ਇਹਨਾਂ ਤੋਂ, ਇਹ ਉੱਥੇ ਸੀਗੇ। ਅਤੇ ਫਿਰ 13 ਤਰੀਕ ਨੂੰ ਮਤਲਬ ਇਹਨਾਂ ਦੀ ਹਾਲਤ ਜਿਹੜੀ ਆ ਉਹ ਥੋੜ੍ਹੀ ਜ਼ਿਆਦਾ ਵਿਗੜ ਗਈ ਉੱਥੇ, ਅਤੇ ਵੀਰ ਜੀ ਹੋਣੀ ਗਏ ਸੀ ਆਪਣੇ ਨਾਲ ਹੀ, ਇਹ ਫਿਰ ਗੱਡੀ ਆਪਣੀ 'ਤੇ ਲੈ ਆਏ ਇਹਨੂੰ ਇੱਥੇ ਕਿ ਚਲੋ ਜਾ ਕੇ ਆਪਾਂ ਕੋਈ ਇਹਨਾਂ ਦਾ ਇਲਾਜ ਕਰਵਾਉਂਦੇ। ਉੱਥੇ ਵੀ ਟ੍ਰੀਟਮੈਂਟ ਕਰਵਾਇਆ, ਨਹੀਂ ਠੀਕ ਹੋ ਪਾਏ। ਫਿਰ ਇੱਥੇ ਆ ਕੇ 13 ਤਰੀਕ ਨੂੰ ਆਏ ਆ, 14 ਨੂੰ ਫਿਰ ਚਲੋ ਇੱਥੋਂ ਅਸੀਂ ਇਹਨਾਂ ਦਾ ਇਲਾਜ ਕਰਵਾਇਆ, ਅਤੇ ਅੱਜ ਤੜਕੇ ਕੋਈ 9:30 ਵਜੇ ਜਿਹੜਾ ਇਹਨਾਂ ਦਾ ਮਤਲਬ ਡੈਥ ਹੋ ਗਈ ਹੈ ਜੀ। ਅਤੇ ਅਸੀਂ ਇਹ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੇਖੋ ਕਿੰਨੀਆਂ ਜਾਨਾਂ ਜਾ ਚੁੱਕੀਆਂ ਨੇ, 70-75 ਜਿਹੜੇ ਆ ਸ਼ਹੀਦ ਹੋ ਚੁੱਕੇ ਨੇ ਸਿੰਘ, ਅਜੇ ਤੱਕ ਵੀ ਉਹਨਾਂ ਦੇ ਕੰਨ 'ਤੇ ਕੋਈ ਜੂ ਨਹੀਂ ਸਰਕਦੀ। ਉਹਨਾਂ ਨੂੰ ਕੋਈ ਪਤਾ ਨਹੀਂ ਕਿੰਨੇ ਆ ਮਤਲਬ ਮਾਵਾਂ ਦੇ ਪੁੱਤ ਤੁਰ ਗਏ ਨੇ, ਕਿੰਨੇ ਆ ਬੇਟੀਆਂ ਦੇ ਸਿਰ ਤੋਂ ਬਾਪ ਦੇ ਸਾਹੇ ਤੁਰ ਗਏ ਨੇ। ਅੱਜ ਸਾਡਾ ਵੀਰ ਜਿਹੜਾ ਏ, ਇਹਦਾ ਬੱਚਾ ਇੱਕ ਛੋਟਾ ਅਜੇ ਵਿਆਹੁਣ ਵਾਲਾ, ਘਰ ਦੇ ਹਾਲਤ ਵੀ ਜਿਹੜੀ ਆ ਉਹ ਵੀ ਬਹੁਤ ਮਤਲਬ ਕੁਛ ਕਹਿਣ ਯੋਗ ਨਹੀਂ, ਕੀ ਕਹੀਏ ਤੁਹਾਨੂੰ, ਵੀ ਬਸਾਂ ਇਹਨਾਂ ਦੇ ਸਿਰ ਤੋਂ ਹੀ ਗੁਜ਼ਾਰਾ ਚੱਲਦਾ ਸੀਗਾ, ਅਤੇ ਹੁਣ ਬਹੁਤ ਔਖਾ ਹੋ ਗਿਆ ਜੀ ਇਹ। ਅਤੇ ਇਹ ਸਰਕਾਰਾਂ ਨੂੰ ਅਜੇ ਤੱਕ ਕੋਈ ਨਹੀਂ ਇਸ ਗੱਲ ਦਾ ਕੋਈ ਪਤਾ ਨਹੀਂ ਲੱਗ ਰਿਹਾ। ਦੱਸ ਦਈਏ ਕਿ ਕਿਸਾਨੀ ਸੰਘਰਸ਼ ਸ਼ਹੀਦੀਆਂ ਪਾ ਰਹੇ ਕਿਸਾਨਾਂ ਦੀ ਗਿਣਤੀ ਹਰ ਰੋਜ਼ ਵੱਧਦੀ ਜਾ ਰਹੀ ਹੈ, ਪਰ ਕੇਂਦਰ ਦੀ ਸਰਕਾਰ ਅਜੇ ਤੱਕ ਆਪਣੇ ਅੜੀਅਲ ਵਤੀਰੇ 'ਤੇ ਅੜੀ ਹੋਈ ਹੈ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।